ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਗੁਰਮੀਤ ਕੌਰ ਜਵੰਦਾ ਬੁਟੀਕ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਲਓ ਜੀ ਅੱਜ ਆਪ ਆ ਗਿਆਂ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਰੰਗ ਲੈ ਕੇ ਡਿਜ਼ਾਈਨ ਲੈ ਕੇ ਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਜੀ ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਸਕਰੀਨ ਦੇ ਉੱਪਰ WhatsApp ਦਾ ਨੰਬਰ ਦਿਖਾਈ ਦਿੰਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਪਲੀਜ਼ ਵੀਡੀਓ ਵਿੱਚ ਦੱਸਿਆ ਜਾਊਗਾ ਵੀ ਇਹ ਕਿਹੜਾ ਸੂਟ ਹੈ ਮਤਲਬ ਕਿ ਕਿਹੜੇ ਫੈਬਰਿਕ ਤੇ ਬਣਿਆ ਹੋਇ ਤੇ ਕਿਹੜੇ ਤੇ ਤੁਸੀਂ ਮਹਿੰਗਾ ਸਸਤਾ ਬਣਾ ਸਕਦੇ ਹੋ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ ਤੇ ਜੋ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬਣਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਹਰ ਤਰ੍ਹਾਂ ਦਾ ਆਪਣੇ ਕੋਲੇ ਫੈਬਰਿਕ ਅਵੇਲੇਬਲ ਆ ਸੂਟ ਦਾ ਵੀ ਤੇ ਦੁਪੱਟਿਆਂ ਦਾ ਦੀ ਹਰ ਤਰ੍ਹਾਂ ਦੇ ਆਪਣੇ ਕੋਲੇ ਵਰਕਰ ਅਵੇਲੇਬਲ ਨੇ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋ ਠੀਕ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਸੂਟ ਬਖਾਉਣੇ ਸ਼ੁਰੂ ਕਰਦੇ ਆਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਤੁਸੀਂ ਮੈਨੂੰ ਵੇਖਦੇ ਹੋ YouTube ਚੈਨਲ ਪੰਜਾਬੀ ਕੋਰਨਰ ਤੋਂ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇੱਥੇ ਸੂਟਾਂ ਦੇ ਨਾਲ ਨਾਲ ਤੁਹਾਨੂੰ ਫੈਬਰਿਕ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਦੱਸਿਆ ਜਾਂਦਾ ਜ ਇਹ ਕਿਹੜਾ ਵਰਕ ਕੀਤਾ ਹੋਇਆ ਹੈ ਕਿਸ ਤਰ੍ਹਾਂ ਨਾਲ ਤੁਸੀਂ ਕਰਵਾ ਸਕਦੇ ਹੋ ਤੇ ਅਗਰ ਦੇਖਦੇ ਨੇ ਤੁਸੀਂ ਮੈਨੂੰ ਫੇਸਬੁੱਕ ਪੇਜ ਤੋਂ ਅਰੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਪਲੀਜ਼ ਫੋਲੋ ਜ਼ਰੂਰ ਕਰ ਲਿਓ ਜਿੰਨੇ ਵੀ ਸੂਟ ਬਣਾਉਣੇ ਆ ਜੀ ਆਪਾਂ ਸਾਰਿਆਂ ਦੇ ਡਿਜ਼ਾਈਨ ਆਪਾਂ ਇੰਸਟਾਗ੍ਰam ਦੇ ਉੱਪਰ ਅਪਲੋਡ ਕਰਦੇ ਆ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਂ ਇੱਥੇ ਲਿਖਿਆ ਹੋਇਆ ਸ਼ੋਅ ਹੋ ਰਿਹਾ ਜੀ jovanda.gurmeet ਮੇਰੀ ਇੰਸਟਾਗ੍ਰam ਦੀ ਆਈਡੀ ਹੈ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਸੂਟ ਵਿਖਾਉਣੇ ਸ਼ੁਰੂ ਕਰਦੇ ਆ ਲੋਜੀ ਸਭ ਤੋਂ ਪਹਿਲਾ ਸੂਟ ਆਪਾਂ ਬਣਾਇਆ ਹੋਇਆ ਹੈ ਲੈਮਨ ਕਲਰ ਤੇ ਤੇ ਇਹ ਵੀਡੀਓ ਵਿੱਚ ਥੋੜਾ ਜਿਆਦਾ ਜਿਆਦਾ ਲੈਮਨ ਆ ਰਿਹਾ ਥੋੜਾ ਜਿਹਾ ਇਸ ਤੋਂ ਲਾਈਟ ਹੀ ਹੈਗਾ ਤੇ ਇਹਨਾਂ ਆਪਾਂ ਪਿਓਰ ਕ੍ਰੇਪ ਤੇ ਉੱਪਰ ਬਣਾਇਆ ਹੋਇਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਜੀ ਪਿਓਰ ਕ੍ਰੇਪ ਤੇ ਨੇਚਰਲ ਕ੍ਰੇਪ ਦੇ ਵਿੱਚ ਸੂਟਾਂ ਦਾ 4-4000 ਰੁਪਏ ਦਾ ਅਪਸ ਦੇ ਵਿੱਚ ਫਰਕ ਪੈ ਜਾਂਦਾ ਠੀਕ ਹੈ 3500 ਦਾ ਫਰਕ ਪੈਂਦਾ ਕੱਪੜੇ ਦਾ ਹਿਸਾਬ ਕਿਤਾਬ ਹੈ ਜੀ ਜਿਵੇਂ ਹਨਾ ਇਹਦੀ ਸ਼੍ਰਿੰਕਿੰਗ ਹੁੰਦੀ ਆ ਉੰਜ ਹੀ ਇੱਕ ਤਾਂਪਨ ਵਿੱਚ ਦਾ ਮੀਟਰ ਜ਼ਿਆਦਾ ਲੈਣਾ ਪੈਂਦਾ ਇਹਦੀ ਸ਼੍ਰਿੰਕਿੰਗ ਹੋ ਜਾਂਦੀ ਜਦੋਂ ਪੜਾਈ ਕਰਾਉਣੀ ਆ ਪਿਓਰ ਕ੍ਰੇਪ ਵਾਈਟ ਆਉਂਦੀ ਹੁੰਦੀ ਆ ਇਹਦੀ ਸ਼੍ਰਿੰਕਿੰਗ ਕਾਫੀ ਹੁੰਦੀ ਆ ਅਸੀਂ ਦੇਖਣਾ ਹੁੰਦਾ ਜੇ ਘੇਰਾ ਜ਼ਿਆਦਾ ਵੱਡਾ ਜੀ ਫਿਰ ਅਸੀਂ 5.5 ਤਾਂ ਲੈਣੀ ਲੈਣੇ ਆ ਜੇ ਬਹੁਤ ਜ਼ਿਆਦਾ ਖੁੱਲਾ ਡੁੱਲਾ ਹੈਵੀ ਪਟਿਆਲਾ ਦਾ ਫਿਰ 6 ਤੱਕ ਲੈਣੇ ਆ ਨਾਰਮਲ ਜੇ ਕਿੰਗ ਹੋ ਜਾਂਦੀ ਹੈ ਠੀਕ ਹੈ ਲੋ ਜੀ ਇਹ ਆਪਾਂ ਬਣਾਇਆ ਹੈ ਲੈਮਨ ਦੇ ਉੱਪਰ ਪਰ ਜੇ ਤੁਹਾਨੂੰ ਸਕਰੀਨ ਤੇ ਪ੍ਰਾਈਸ ਸ਼ੋ ਹੋਇਆ ਜੀ ਨਾਰਮਲ ਕ੍ਰੇਪ ਦੇ ਨਾਲ ਹੋਊਗਾ ਜਿਹੜੀ ਆਪਣੀ ਨੇਚਰਲ ਕ੍ਰੇਪ ਹੁੰਦੀ ਹੈ ਉਹਦੇ ਨਾਲ ਤੁਹਾਨੂੰ ਮੈਂ ਪ੍ਰਾਈਸ ਤੇ ਸਕਰੀਨ ਸ਼ੋ ਕਰ ਦੂੰਗੀ ਤੇ ਸਾਰਾ ਕੰਮ ਜਿਹੜਾ ਫਲਕਾਰੀ ਦਾ ਕਰਿਆ ਹੋਇਆ ਜੀ ਬਹੁਤ ਪਿਆਰਾ ਹੈਗਾ ਤੇ ਇਹਦੀ ਗੱਲ ਖਾ ਸਕਦੇ ਆ ਜੀ ਤੁਸੀਂ ਇਹਨੂੰ ਘਰ ਦੇ ਵਿੱਚ ਜਿਵੇਂ ਮਰਜ਼ੀ ਧੋਈ ਚੱਲੋ ਹਨਾ ਇਹ ਤੁਹਾਨੂੰ ਡਾਇਰੈਕਟ ਲਿੰਕ ਕਰਾਉਣ ਦਾ ਲੋੜ ਨਹੀਂ ਹੈਗੀ ਸਰਾਰੀ ਦੇ ਵਿੱਚ ਆਪਾਂ ਕਰਿਆ ਹੋਇਆ ਤੇ ਇਹਦੀ ਫਿਨਿਸ਼ਿੰਗ ਖਰਾਬ ਨਹੀਂ ਹੁੰਦੀ ਜਿਹੜਾ ਆਪਾਂ ਹੈਂਡ ਨਾਲ ਆਪਾਂ ਫਲਕਾਰੀ ਦਾ ਕੰਮ ਕਰਦੇ ਆਂ ਜੀ ਉਹਦੇ ਜਿਹੜੇ ਤਾਗੇ ਨੇ ਮਤਲਬ ਕਿ ਉਹ ਨਿਕਲ ਜਾਂਦੇ ਨੇ ਔਖੜ ਜਾਂਦੇ ਨੇ ਖਾਸ ਕਰਕੇ ਸੂਟਾਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੈ ਜਿਵੇਂ ਆਪਣੀ ਕੋਈ ਬੰਗ ਵਗੈਰਾ ਪਾਈ ਹੈ ਵਿੱਚ ਫਸ ਗਈ ਰਿੰਗ ਪਾਈ ਹੈ ਫੇਰ ਫਸ ਗਈ ਬਸ ਉਹਦੀ ਫਿਨਿਸ਼ਿੰਗ ਤੁਸੀਂ ਇੱਕ ਦੋ ਵਾਰ ਮਸਾ ਪਾ ਸਕਦੇ ਹੋ ਇੱਕ ਵਾਰੀ ਖਾਸ ਕਰਕੇ ਦੂਜੀ ਵਾਰ ਪਤਾ ਲੱਗਣ ਲੱਗ ਜਾਂਦਾ ਜੀ ਉਹਦੀ ਫਿਨਿਸ਼ਿੰਗ ਖਰਾਬ ਹੋ ਜਾਂਦੀ ਹੈ ਬਾਕੀ ਅਗਲੀ ਗੱਲ ਇਹ ਆ ਜੀ ਉਹ ਆਪਾਂ ਨੂੰ ਘਰ ਦੇ ਵਿੱਚ ਆਪਾਂ ਉਹਨੂੰ ਨਹੀਂ ਧੋ ਸਕਦੇ ਤੇ ਉਹ ਜਦੋਂ ਵੀ ਆਪਾਂ ਪਾਉਣੇ ਨੇ ਸਿੱ ਘਰ ਦੇ ਵਿੱਚ ਵਾਸ਼ ਕਰ ਸਕਦੇ ਹਾਂ ਪੂਰੇ ਕਮੀਜ਼ ਦੇ ਵਿੱਚ ਛੋਟੇ ਬੂਟੇ ਮਿਲੂਗੀ ਘੇਰ ਦੇ ਉੱਪਰ ਕਾਫੀ ਜ਼ਿਆਦਾ ਹੈਵੀ ਤੁਹਾਨੂੰ ਕੰਮ ਮਿਲੂਗਾ ਤਿੰਨ ਲਾਇਨਸ ਨੇ ਸੇਮ ਕੰਮ ਜੀ ਇਸ ਤਰ੍ਹਾਂ ਬਾਵਾਂ ਦੇ ਆ ਬਾਵਾਂ ਦੇ ਉੱਪਰ ਇੱਕ ਲਾਈਨ ਪਾਈ ਹੋਈ ਆ ਠੀਕ ਹੈ ਜੀ ਤੇ ਨਾਲ ਇਹਦੇ ਸਲਵਾਰ ਰੱਖੀ ਹੋਈ ਆ ਜੀ ਸਲਵਾਰ ਪਲੇਨ ਹੈ ਸਲਵਾਰ ਦੇ ਉੱਪਰ ਆਪਾਂ ਕੋਈ ਵੀ ਵਰਕ ਨਹੀਂ ਕਰਿਆ ਹੋਇਆ ਤੇ ਨਾਲ ਰੱਖਿਆ ਹੋਇਆ ਜੀ ਇਹਦੇ ਦੁਪੱਟਾ ਚਨੂਨ ਦਾ ਤੇ ਚਨੂਨ ਦੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਠੀਕ ਹੈ ਇਹ ਲਓ ਜੀ ਇਹ ਵਾਲਾ ਕੰਮ ਹੈ ਇਹਦੇ ਪੱਲਿਆਂ ਦੇ ਉੱਪਰ ਕੀਤਾ ਹੋਇਆ ਤੇ ਇਹ ਵਾਲਾ ਕੀਤਾ ਹੋਇਆ ਜੀ ਇਸ ਤਰ੍ਹਾਂ ਸਾਈਡ ਦੇ ਉੱਪਰ ਆ ਜਾਊਗਾ ਫੋਰ ਸਾਈਡ ਤੇ ਇੱਕ ਮੀ ਦੇ ਵਿੱਚ ਛੋਟੀ ਬੁਟੀ ਆ ਜਾਊਗੀ। ਕਮੀ ਦੇ ਵਿੱਚ ਛੋਟੀ ਬੁਟੀ ਹੈਗੀ। ਇਧਰਲੇ ਪਾਸੇ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ। ਠੀਕ ਆ ਜੀ ਇਹ ਫਿਨਿਸ਼ਿੰਗ ਪੱਟੀ ਤੁਸੀਂ ਕਿਸੇ ਵੀ ਕਲਰ ਦੀ ਲਗਵਾ ਸਕਦੇ ਹੋ। ਇਹ ਤੁਸੀਂ ਇਸ ਤਰ੍ਹਾਂ ਸੂਟ ਨਾਲ ਦੀ ਦੁਪੱਟਾ ਲਾਇਆ ਫਿਰ ਆਪਾਂ ਕੋਈ ਵੀ ਚ ਵੀ ਵਰਕ ਮਤਲਬ ਕਿ ਕੋਈ ਵੀ ਕਢਾਈ ਵਾਲਾ ਆਪਾਂ ਚੈੱਕ ਲਾਂਗੇ ਸ਼ੇਡ। ਅਗਰ ਤੁਸੀਂ ਇਹਨੂੰ ਕੰਟਰਾਸਟ ਦੁਪੱਟਾ ਬਣਾਇਆਗਾ ਫਿਰ ਆਪਾਂ ਸੂਟ ਵਾਲਾ ਸ਼ੇਡ ਲਾ ਕੇ ਜਿਹੜੇ ਕਲਰ ਦਾ ਸੂਟ ਹੋਊਗਾ ਫਿਰ ਆਪਾਂ ਫਿਨਿਸ਼ਿੰਗ ਕਰਾਂਗੇ ਜਿਵੇਂ ਅਸੀਂ ਪਹਿਲਾਂ ਬਣਾ ਕੇ ਦਿਸਾ ਦਿੱਤਾ ਸੀ ਬੋਟਲ ਗ੍ਰੀਨ ਸੂਟ ਦੇ ਉੱਪਰ ਲੈਮਨ ਦੁਪੱਟਾ ਸੀ ਅਸੀਂ ਉਹਦੀ ਇਹ ਜਿਹੜੀ ਪੱਟੀ ਸੀ ਫਿਨਿਸ਼ਿੰਗ ਫਿਰ ਬੋਟਲ ਗ੍ਰੀਨ ਲਾਈ ਸੀ ਠੀਕ ਹੈ ਤੇ ਪੂਰੇ ਕਮੀਜ਼ ਦੇ ਵਿੱਚ ਸੌਰੀ ਪੂਰੇ ਦੁਪੱਟੇ ਦੇ ਵਿੱਚ ਛੋਟੀ ਬੁਟੀ ਆਊਗੀ ਜੀ ਕਾਫੀ ਜ਼ਿਆਦਾ ਸੰਘਣੀ ਬੁਟੀ ਹੈ ਤੇ ਪੱਲਿਆਂ ਦੇ ਉੱਪਰ ਕਾਫੀ ਜ਼ਿਆਦਾ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਹੈਵੀ ਕੰਮ ਹੈ ਤੇ ਸੋਨਾ ਵੀ ਤੁਹਾਨੂੰ ਪਤਾ ਹੀ ਹੈ ਨਾ ਬਹੁਤ ਜ਼ਿਆਦਾ ਠੀਕ ਹੈ ਜੀ ਦੁਪੱਟਾ ਜਿਹੜਾ ਦੁਪੱਟਾ ਇਹਦੇ ਨਾਲ ਚਨੂਨ ਦਾ ਰੱਖਿਆ ਹੋਇਆ ਤੁਹਾਨੂੰ ਵਧੀਆ ਹੀ ਮਿਲੂਗਾ ਸਾਰਾ ਕੁਝ ਚਨੂਨ ਦਾ ਦੁਪੱਟਾ ਰੱਖਿਆ ਤੇ ਸੂਟ ਦਾ ਜਿਹੜਾ ਤੁਹਾਨੂੰ ਰੇਟ ਸ਼ੋ ਹੋਊਗਾ ਜੀ ਉਹ ਨੈਚੁਰਲ ਕ੍ਰੇਪ ਦਾ ਸੂਟ ਇਹ ਚਨੂਨ ਦਾ ਦੁਪੱਟਾ ਇਸ ਤਰ੍ਹਾਂ ਸੇਮ ਫਿਨਿਸ਼ਿੰਗ ਕਰਕੇ ਤੁਹਾਨੂੰ ਇੱਥੇ ਰੂਚੀ ਨੂੰ ਉਹਦਾ ਰੇਟ ਸ਼ੋ ਹੋ ਜਾਊਗਾ ਸੂਟ ਦਾ ਬਿਨਾ ਸਲਾਈ ਤੋਂ ਅਗਰ ਤੁਸੀਂ ਕਹੋਗੇ ਜੀ ਵੀ ਇਹ ਵਾਲੀ ਫਿਨਿਸ਼ਿੰਗ ਅਸੀਂ ਨਹੀਂ ਕਰਵਾਉਣੀ ਰੇਟ ਹੋਰ ਕੱਟ ਜੂਗਾ ਕਿਉਂਕਿ ਇਹ ਫਿਨਿਸ਼ਿੰਗ ਵਾਸਤੇ ਵੀ 1.5 ਮੀਟਰ ਕਪੜਾ ਚੱਲ ਲੱਗਦਾ ਹੈ ਨਾ ਟੇਲਰ ਦੀ ਮਿਹਨਤ ਕਾਫੀ ਆ ਜਾਂਦੀ ਹੈ ਫਿਨਿਸ਼ਿੰਗ ਪੱਟੀ ਨੂੰ ਬਾਹਰਲੇ ਪਾਸੇ ਇਸ ਤਰ੍ਹਾਂ ਪਾਈਪਿੰਗ ਨਿਕਲਦੀ ਹੈ ਇਹਦੇ ਨਾਲ ਫੇਰ ਹੀ ਸੋਨਾ ਲੱਗਦਾ ਹੈ ਇਹ ਜੇ ਤੁਸੀਂ ਫਿਨਿਸ਼ਿੰਗ ਪੱਟੀ ਨਹੀਂ ਕਰਵਾਉਣੀ ਰੇਟ ਹੋਰ ਕੱਟ ਜੂਗਾ ਜੀ ਤੇ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਿਹਾ ਤੁਹਾਨੂੰ ਬਿਨਾ ਸਲਾਈ ਤੋਂ ਸਲਾਈ ਇਹਦੇ ਵਿੱਚ ਐਡ ਨਹੀਂ ਹੈਗੀ ਕੰਮ ਬਹੁਤ ਜ਼ਿਆਦਾ ਹੈਵੀ ਹੈ ਤੇ ਸਾਰਾ ਫਿਨਿਸ਼ਿੰਗ ਦੇ ਨਾਲ ਕਰਿਆ ਕੋਈ ਕੰਪਿਊਟਰ ਵਾਲੀ ਮਸ਼ੀ ਤਾਂ ਕਰਕੇ ਜਿਹੜਾ ਟੰਕਾ ਹੈ ਬਹੁਤ ਜ਼ਿਆਦਾ ਸਾਫ਼ ਲੱਗਿਆ ਹੋਇਆ। ਦੂਸਰਾ ਸੂਟ ਦਿਖਾਦੀ ਆਂ ਆਪਾਂ ਤੁਹਾਨੂੰ। ਦੂਸਰਾ ਸੂਟ ਆਪਾਂ ਬਣਾਇਆ ਹੋਇਆ ਜੀ ਮਸਲੀਨ ਦੇ ਵਿੱਚ ਸਾਰਾ ਕੰਮ ਹੈ ਇਹਦੇ ਵਿੱਚ ਆਪਾਂ ਸਿੰਗਲ ਟੰਕੇ ਦਾ ਕਰਿਆ ਹੋਇਆ। ਠੀਕ ਹੈ ਜੀ। ਜਿੰਨਾ ਵੀ ਇਹ ਕੰਮ ਕਰਿਆ ਹੋਇਆ ਜੀ ਸਾਰਾ ਸਿੰਗਲ ਟੰਕੇ ਦੇ ਵਿੱਚ ਕਰਿਆ ਹੋਇਆ। ਇਹ ਵਾਲਾ ਹੈਗਾ ਜੀ ਘੇਰ ਦਾ ਕੰਮ। ਇਹ ਵਾਲਾ ਉੱਪਰ ਨੂੰ ਜਾਂਦੀਆਂ ਨੇ ਇੱਥੇ ਤੱਕ। ਇਹ ਵਾਲਾ ਕੰਮ ਆ ਜੂ ਜਿੰਨਾ ਵੀ ਇਹ ਤੁਹਾਨੂੰ ਮਸ਼ੀਨ ਦਾ ਕੰਮ ਦਿੱਸਦਾ ਸਾਰਾ ਸਿੰਗਲ ਟਾਂਕੇ ਦੇ ਵਿੱਚ ਹੈ ਕਿਤੇ ਵੀ ਡਬਲ ਟਾਂਕਾ ਨਹੀਂ ਲੱਗਿਆ ਤੇ ਇੱਥੇ ਥੋੜਾ ਜਿਹਾ ਆਪਾਂ neck ਦੀ ਪੱਟੀ ਦਾ ਕੰਮ ਦਿੱਤਾ ਇਹ ਵੀ ਸਾਰਾ ਕੰਮ ਹੈ ਜਿਹੜਾ ਸਿੰਗਲ ਟਾਂਕੇ ਦਾ ਹੈ ਜੇ ਤੁਸੀਂ ਨਾਰਮਲ ਟਾਂਕੇ ਦਾ ਇਹ ਕੰਮ ਕਰਵਾਉਂਗੇ ਤਾਂ ਰੇਟ ਘਟ ਜਾਂਦਾ ਤੁਹਾਨੂੰ ਪਤਾ ਹੈ ਜੀ ਸਿੰਗਲ ਟਾਂਕਾ ਮਹਿੰਗਾ ਪੈਂਦਾ ਇਹ ਆਪਾਂ ਮਸਲੀਨ ਤੇ ਬਣਾਇਆ ਪਰਪਲ ਕਲਰ ਦਾ ਤੇ ਬਾਹਮਾਂ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹ ਵਾਲਾ ਕੰਮ ਹੈ ਜੀ ਜਿਹੜਾ ਬਾਹਮਾਂ ਦੀ ਉੱਪਰ ਕੀਤਾ ਹੋਇਆ ਬਹੁਤ ਪਿਆਰੇ ਸ਼ੇਡ ਲੱਗੇ ਹੋਏ ਨੇ ਤੇ ਸੂਟ ਦੀ ਗ੍ਰੇਸ ਬਣਦੀ ਹੈ ਬਹੁਤ ਸੋਹਣੇ ਜਿਹੜੇ ਨੂੰ ਸ਼ੇਡ ਲਾਏ ਹੋਏ ਨੇ ਸਲਵਾਰ ਪਲੇਨ ਹੈ ਜੀ ਸਲਵਾਰੇ ਦੇਤੇ ਦੇਤੇ ਕੋਈ ਵੀ ਵਰਕ ਨਹੀਂ ਹੈਗਾ ਠੀਕ ਹੈ ਤੇ ਨਾ ਰੱਖਿਆ ਹੋਇਆ ਜੀ ਟਾਈ ਡਾਈ ਦੁਪੱਟਾ ਦੁਪੱਟਾ ਇੱਥੇ ਰੱਖਿਆ ਜੀ ਪਿਓਰ ਚਨੂਨ ਦਾ ਅਗਰ ਸੈਮੀ ਚਨੂਨ ਦਾ ਦੁਪੱਟਾ ਲਓਗੇ ਰੇਟ 1000 ਰੁਪਏ ਲੈਸ ਹੋ ਜਾਣਾ ਠੀਕ ਹੈ ਤੁਹਾਨੂੰ ਪਤਾ ਹੈ ਜੀ ਪਿਓਰ ਚਨੂਨ ਦੇ ਦੁਪੱਟੇ ਮਹਿੰਗੇ ਨੇ ਅਗਲੀ ਗੱਲ ਇਹ ਹੈ ਜੀ ਜਿਹੜਾ ਪਿਓਰ ਚਨੂਨ ਦਾ ਦੁਪੱਟਾ ਮਿਲੂਗਾ 44 ਇੰਚ ਆਪਣੀ ਵਿਡਥ ਹੋਊਗੀ ਇਸ ਤਰ੍ਹਾਂ ਜਿਹੜੀ ਇਸ ਤਰ੍ਹਾਂ ਹੁੰਦਾ ਜੀ ਇਹ ਆਪ ਆਪਣਾ 44 ਇੰਚ ਹੈ ਨਹੀਂ ਆ ਰਿਹਾ ਮੋਬਾਈਲ ਦੇ ਵਿੱਚ 44 ਇੰਚ ਹੋਊਗਾ ਤੇ 2.5 ਮੀਟਰ ਦਾ ਦੁਪੱਟੇ ਦੀ ਕੱਟ ਹੁੰਦੀ ਹੈਗੀ ਥੋੜੇ-ਮੋਟੀ ਦੇਖੋ ਸ਼੍ਰਿੰਕਿੰਗ ਦੇ ਵਿੱਚ ਜਾਂਦਾ ਜਿਹੜਾ ਉਹ ਜਾਂਦਾ ਤਾਂ ਜਿਵੇਂ ਥੋੜਾ-ਮੋਟਾ ਲੇਸ ਦੇ ਵਿੱਚ ਚਲਾ ਗਿਆ ਹਨਾ ਬਸ ਉਹਨਾਂ ਕਾ ਦੁਪੱਟਾ ਘਟਦਾ ਪਰ ਦੁਪੱਟਾ ਤਾਂ ਹੁਣ 2.5 ਮੀਟਰ ਦੀ ਕੱਟ ਹੋਊਗੀ ਜੇ ਤੁਸੀਂ ਛੋਟਾ ਕਰਵਾਉਣਾ ਤਾਂ ਸਾਨੂੰ ਦੱਸ ਸਕਦੇ ਹੋ ਵੀ ਸਾਨੂੰ ਸਵਾ 2 ਦਾ ਦੇ ਦਿਓ ਜੀ ਫਿਰ ਆਪਾਂ ਡਾਈ ਕਰਵਾ ਕੇ ਨਾਲ ਉਹ ਲਾ ਦਿੰਨੇ ਹੁੰਨੇ ਆ ਵੀ ਹਨਾ ਚਲੋ ਕੋਈ ਗੱਲ ਨਹੀਂ ਤੇ ਉਂਝੇ ਦੁਪੱਟੇ ਕਈ ਵਾਰ ਥਾਨ ਪਿਆ ਹੁੰਦਾ ਥਾਣਾ ਨਾਲ ਲ ਪਰ ਤੁਸੀਂ ਦੱਸ ਦਿਆ ਕਰੋ ਜੇ ਦੁਪੱਟਾ ਛੋਟਾ ਲੈਣਾ ਹੁੰਦਾ ਫਿਰ ਵੀ ਅਸੀਂ ਪੂਰੇ ਸਵਾ ਦੋ ਦਾ ਨਹੀਂ ਕੱਟਦੇ ਥੋੜਾ ਜਿਹਾ ਵੱਧ ਹੀ ਰੱਖਦੇ ਹਾਂ ਜੀ ਕਿਉਂਕਿ ਸ਼੍ਰਿੰਕਿੰਗ ਦੇ ਵਿੱਚ ਜਾਂਦਾ ਹੈਗਾ ਤੇ ਥੋੜਾ ਮੋਟਾ ਇਹਦੇ ਵਿੱਚ ਜਾਂਦਾ ਹਨਾ ਲੈਸ ਲਾਉਣ ਵੇਲੇ ਘਟ ਜਾਂਦਾ ਹੈਗਾ ਲਓ ਜੀ ਦੁਪੱਟਾ ਇਹਦੇ ਨਾਲ ਟਾਈਡ ਆਈ ਹੈ ਤੇ ਸਕਰੀਨ ਤੇ ਜਿਹੜਾ ਪ੍ਰਾਈਸ ਸ਼ੋਅ ਹੋਊਗਾ ਜੀ ਸੈਮੀ ਚਨੂਨ ਦੁਪੱਟੇ ਨਾਲ ਹੋਊਗਾ ਇਹ ਪਿਓਰ ਚਨੂਨਾ ਮੈਂ ਦੋਨੋਂ ਦੁਪੱਟਿਆਂ ਨਾਲ ਕਰ ਦੂੰਗੀ ਜਾਂ ਮੈਂ ਤੁਹਾਨੂੰ ਬਸ ਦੱਸ ਦਿੰਨੀ ਹਾਂ ਜੀ ਤੁਸੀਂ ਪਿਓਰ ਚਨੂਨਾ ਲਓਗੇ 1000 ਰੇਟ ਅੱਪ ਚਲਾ ਜਾਊਗਾ ਤੇ ਸੈਮੀ ਚਨੂਨ ਨਾਲ 1000 ਰੇਟ ਡਾ ਕਿਉਂਕਿ ਇਹ ਦੁਪੱਟੇ ਬਹੁਤ ਜ਼ਿਆਦਾ ਕਾਸਟਲੀ ਨੇ ਸਭ ਤੋਂ ਜਿਹੜੀ ਸਿਰੇ ਦੀ ਕੁਆਲਿਟੀ ਦੀ ਹੈ ਹਨਾ ਇਹ ਚਰੂਨ ਉਹ ਰੱਖਦੇ ਆਂ ਕਾਫੀ ਕਸਟਮਰ ਕਹਿੰਦੇ ਹੁੰਦੇ ਨੇ ਜੀ ਕਮਲ ਚਰੂਨ ਨੂੰ ਸਭ ਤੋਂ ਵੈਸਟਰ ਨੂੰ ਸਭ ਤੋਂ ਵੈਸਟ ਆਉਂਦੀ ਹੈ ਜਿਹੜੀ ਨਵ ਭਾਰਤ ਹੈ ਜੀ ਆਪਾਂ ਸੈਮੀ ਚਰੂਨ ਦਾ ਦੁਪੱਟਾ ਵੀ ਨਵ ਭਾਰਤ ਦਾ ਵਰਤਦੇ ਆਂ ਤੇ ਪਿਓਰ ਚਰੂਨ ਦਾ ਦੁਪੱਟਾ ਵੀ ਨਵ ਭਾਰਤ ਦਾ ਵਰਤਦੇ ਆਂ ਇਸ ਤੋਂ ਉੱਪਰ ਦੀ ਕੁਆਲਿਟੀ ਕੋਈ ਨਹੀਂ ਹੈਗੀ ਕਮਲ ਚਰੂਨ ਦੇ ਦੁਪੱਟੇ ਕਾਫੀ ਸਸਤੇ ਆਉਂਦੇ ਨੇ ਲਓ ਜੀ ਕਿਉਂਕਿ ਉਹਦੇ ਪਰਾਂ ਵੀ ਛੋਟਾ ਹੁੰਦਾ ਤੇ ਇਸ ਤਰ੍ਹਾਂ ਦੀ ਕੁਆਲਿਟੀ ਨਹੀਂ ਹੁੰਦੀ ਜਿਹੜਾ ਵੀ ਨੈਕਸਟ ਦਿਖਾ ਦਈਏ ਆਪਾਂ ਲੋਜੀ ਇਹ ਆਪਾਂ ਬਣਾਇਆ ਹੋਇਆ ਜੀ ਆਫ ਵਾਈਟ ਕਲਰ ਦਾ ਕਮੀਜ਼ ਹੈ ਚੌਰ ਜੱਟ ਦੇ ਉੱਪਰ ਤੇ ਸੈਂਟਰ ਦੇ ਵਿੱਚ ਇਹਦੇ ਬਹੁਤ ਸੋਹਣਾ ਪੀਕਾਕ ਪਿਆ ਹੋਇਆ ਠੀਕ ਹੈ ਤੇ ਸਲਵਾਰ ਹੈ ਇਹ ਵਾਲੀ ਤੇ ਨਾਲ ਇਹਦੇ ਉੱਪਰ ਇਸ ਤਰ੍ਹਾਂ ਦਾ ਬਾਵਾ ਦੇ ਡਿਜ਼ਾਈਨ ਹੈ ਤੇ ਇਹਦੇ ਵਿੱਚ ਜਿਹੜਾ ਇਹ ਪੀਕਾਕ ਬਣਾਇਆ ਜੀ ਪੇਂਟ ਨਾਲ ਬਣਾਇਆ ਹੋਇਆ ਤੇ ਸਾਰੇ ਨੂੰ ਆਪਾਂ ਹਾਈਲਾਈਟ ਕਰਿਆ ਹੋਇਆ ਤੇ ਸੇਮ ਕੰਮ ਆ ਜਿਹੜੇ ਬਾਹਮ ਦੇ ਉੱਪਰ ਵੀ ਫੁੱਲ ਪਾਏ ਨੇ ਇਹ ਵਾਲਾ ਫੁੱਲ ਬਾਹਮ ਦੇ ਉੱਪਰ ਹੈ ਇਹਨੂੰ ਵੀ ਆਪਾਂ ਹਾਈਲਾਈਟ ਕਰਿਆ ਕੱਲਾ ਇਸ ਤਰ੍ਹਾਂ ਨਹੀਂ ਪੇਂਟ ਕਰਕੇ ਛੱਡ ਦਿੱਤਾ ਇਹਨੂੰ ਹਾਈਲਾਈਟ ਕਰਿਆ ਸਲਵਾਰ ਨਾਲ ਰੱਖੀ ਹੈ ਜੀ ਰਾਇਲ ਬਲੂ ਕਲਰ ਦੀ ਤੇ ਨਾਲ ਰੱਖਿਆ ਹੋਇਆ ਦੁਪੱਟਾ ਪਿਓਰ ਚਨੂਨ ਦਾ ਇੱਥੇ ਜੇ ਤੁਸੀਂ ਰਾਇਲ ਬਲੂ ਕਲਰ ਲਓਗੇ ਸਾਨੂੰ ਮਜਬੂਰੀ ਰਹੂਗੀ ਜੀ ਦੁਪੱਟਾ ਆਪਾਂ ਨੂੰ ਪਿਓਰ ਚਨੂਨ ਦਾ ਡਾਈ ਕਰਵਾਉਣਾ ਪਊਗਾ ਕਿਉਂਕਿ ਇੰਨਾ ਬ੍ਰਾਈਟ ਜਿਹੜਾ ਕਲਰ ਹੈ ਰਾਇਲ ਬਲੂ ਉਹ ਸੈਮੀ ਚਨੂਨ ਦਾ ਨਹੀਂ ਆਉਣਾ ਜਾਂ ਤੁਸੀਂ ਫਿਰ ਪਿਓਰ ਸ਼ਫੋਨ ਦਾ ਦੁਪੱਟਾ ਵਰਤ ਸਕਦੇ ਹੋ ਠੀ ਜਾਂ ਤੁਸੀਂ ਸਲਵਾਰ ਦਾ ਰੰਗ ਬਦਲ ਲਿਓ ਇਹਦੇ ਨਾਲ ਤੁਸੀਂ ਮੋਰ ਪੰਖੀ ਸਲਵਾਰ ਲੈ ਸਕਦੇ ਹੋ ਪਰ ਪਿਓਰ ਜੇ ਤੁਸੀਂ ਰਾਇਲ ਬਲੂ ਲਾਉਂਗੇ ਤਾਂ ਦੁਪੱਟਾ ਤੁਹਾਨੂੰ ਪਿਓਰ ਦਾ ਕਰਵਾਉਣਾ ਪਊ ਪਿਓਰ ਚਨੂਨ ਦਾ ਜਾਂ ਪਿਆਰ ਸ਼ਰੂਨ ਦਾ ਕਿਉਂਕਿ ਇੱਥੇ ਇਹ ਗੜਬੜ ਹੋ ਜਾਂਦੀ ਹੈ ਜੀ ਇਹ ਜਿਹੜਾ ਕਲਰ ਹੈ ਬਹੁਤ ਜ਼ਿਆਦਾ ਬ੍ਰਾਈਟ ਜਿਹੜਾ ਰਾਇਲ ਬਲੂ ਹੈਗਾ ਇਹਨਾਂ ਰਾਇਲ ਬਲੂ ਜਿਹੜਾ ਸੈਮੀ ਚਰੂਨ ਦੇ ਦੁਪੱਟੇ ਤੇ ਨਹੀਂ ਚੜਦਾ ਪਿਓਰ ਔਰਗੰజా ਦਾ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਪਿਓਰ ਔਰਗੰజా ਥੋੜਾ ਜਿਹਾ ਪਿਓਰ ਚਰੂਨ ਨਾਲ ਸਸਤਾ ਪੈ ਜਾਂਦਾ ਲੋ ਜੀ ਦੁਪੱਟਾ ਵਗੈਰਾ ਤੁਹਾਨੂੰ ਫਿਨਿਸ਼ਿੰਗ ਕਰਕੇ ਮਿਲੂਗਾ ਇਸ ਤਰ੍ਹਾਂ ਦਾ ਇਹ ਸੂਟ ਹੈ ਆਪਾਂ ਨੈਕਸਟ ਦਿਖਾ ਦਈਏ ਲਓ ਜੀ ਇਹ ਵਾਲਾ ਸੂਟ ਵੀ ਆ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈ ਜੀ ਆਪਣੀ ਪਸੰਦ ਅਨੁਸਾਰ ਤੁਸੀਂ ਕਰਵਾ ਸਕਦੇ ਹੋ ਇਹ ਬਣਾਇਆ ਹੋਇਆ ਆਪਾਂ ਸਿਲਕ ਦੇ ਉੱਪਰ ਸਿਲਕ ਤੁਹਾਨੂੰ ਵਧੀਆ ਫੈਬਰਿਕ ਮਿਲੂ ਸਿਲਕ ਦਾ ਵੀ ਇਹ ਹੈਗਾ ਜੀ ਘੇਰ ਦਾ ਕੰਮ ਆਰੀ ਮਸ਼ੀਨੀ ਮਿਕਸ ਕਰਿਆ ਹੋਇਆ ਆਪਾਂ ਘੇਰ ਦੇ ਉੱਪਰ ਇਹ ਕਸਟਮਰ ਵੱਲੋਂ ਆਈ ਹੋਈ ਡਿਜ਼ਾਈਨ ਨੇ ਕਾਫੀ ਜ਼ਿਆਦਾ ਸੋਹਣੇ ਨੇ ਤੇ ਨਾਲ ਬਾਹਾਂ ਦਾ ਕੰਮ ਕੀਤਾ ਹੋਇਆ ਬਾਹਾਂ ਦੇ ਉੱਪਰ ਵੀ ਕਾਫੀ ਜ਼ਿਆਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਤੁਸੀਂ ਸਲਵਾਰ ਤੇ ਵੀ ਕਰਵਾ ਸਕਦੇ ਹੋ ਪਰ ਇਹਦੇ ਨਾਲ ਸਲਵਾਰ ਹੈ ਜਿਹੜੀ ਪਲੇਨ ਹੈ ਬਹੁਤ ਸੋਹਣਾ ਕੰਮ ਹੈ ਜਿਹੜਾ ਬਾਹਾਂ ਦੇ ਉੱਪਰ ਵੀ ਕਾਫੀ ਵੱਡਾ ਬਾਰਡਰ ਦਿੱਤਾ ਹੋਇਆ ਹੈ ਕਾਫੀ ਵੱਡਾ ਬਾਰਡਰ ਹੈ ਜਿਹੜਾ ਘੇਰ ਦੇ ਉੱਪਰ ਦਿੱਤਾ ਹੋਇਆ ਹੈ ਨੈਕ ਨੂੰ ਆਪਾਂ 골ਡਨ ਕਲਰ ਦੇ ਬਟਨ ਦੇ ਦਿੱਤੇ ਨੇ ਜੀ ਤੇ ਨਾਂ ਰੱਖਿਆ ਹੋਇਆ ਜੀ ਪਿਓਰ ਚਨੂਨ ਦਾ ਦੁਪੱਟਾ ਹੈ ਕਸਟਮਰ ਨੇ ਸਾਰੇ ਜਿਹੜੇ ਦੁਪੱਟੇ ਨੇ ਆਪਣੇ ਪਿਓਰ ਚਨੂਨ ਦੇ ਰਖਵਾਏ ਨੇ ਇਹਨਾਂ ਨੂੰ ਦੂਸਰਾ ਦੁਪੱਟਾ ਨਹੀਂ ਰਖਵਾਇਆ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਦੂਸਰਾ ਦੁਪੱਟਾ ਲੈਣਾ ਚਾਹੁੰਦੇ ਹੋ ਦੂਸਰਾ ਲੈ ਲਿਓ ਪਰ ਇਹ ਦੁਪੱਟੇ ਪਿਓਰ ਚ ਜੇ ਤੁਹਾਨੂੰ ਪਸੰਦ ਆ ਜੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਨਾਰਮਲ ਦੁਪੱਟਿਆਂ ਨਾਲ ਪ੍ਰਾਈਸ ਸ਼ੋਅ ਕਰੂੰਗੀ ਮੈਂ ਕਿਉਂਕਿ ਪਿਓਰ ਚਿਨੂਨਾ ਮਹਿੰਗਾ ਪੈ ਜਾਂਦਾ ਫਿਰ ਕਈ ਕਸਟਮਰ ਜਿਨ੍ਹਾਂ ਨੇ ਲੈਣਾ ਹੁੰਦਾ ਵਿਚਾਰੇ ਉਹ ਕਹਿੰਦੇ ਨੇ ਸਾਨੂੰ ਰੇਟ ਮਹਿੰਗਾ ਪੈ ਗਿਆ ਜੀ ਅਸੀਂ ਨਹੀਂ ਲੈਣਾ ਕਿਉਂਕਿ ਜੀ ਰੇਟ ਮਹਿੰਗਾ ਕਰਨਾ ਸਸਤਾ ਕਰਨਾ ਆਪਣੇ ਹੱਥ ਵਿੱਚ ਹੈ ਜਿਵੇਂ ਇਹ ਬਹੁਤ ਵਧੀਆ ਸਿਲਕਾ ਜਿਹਦੇ ਉੱਪਰ ਆਪਾਂ ਸੂਟ ਤਿਆਰ ਕਰਿਆ ਅਗਰ ਤੁਸੀਂ ਇਸ ਨੂੰ ਚੱਕ ਕੇ ਜੋਰ ਜੱਟ ਤੇ ਕਰਵਾ ਲਓਗੇ ਰੇਟ ਦਾ 500 ਘਟ ਜੂਗਾ ਸੈਮੀ ਚਿਨੂਨ ਦੇ ਦੁਪੱਟੇ ਨਾਲ ਕਰਵਾ ਲਓਗੇ ਹਜ਼ਾਰੇ ਘਟ ਗਿਆ 1500 ਰੁਪਏ ਸੂਟ ਉੱਤੇ 6 ਘਟ ਗਿਆ ਠੀਕ ਹੈ ਲੋਜੀ ਨੈਕਸਟ ਵਾਲਾ ਸੂਟ ਵੀ ਕਾਫੀ ਜ਼ਿਆਦਾ ਸੋਹਣਾ ਹੈ ਇਹ ਆਪਾਂ ਕਰਿਆ ਹੋਇਆ ਜੀ ਪਿਸਤਾ ਕਲਰ ਦੇ ਉੱਪਰ ਮਲਬਰੀ ਦੇ ਉੱਪਰ ਇਹ ਵੀ ਕਪੜਾ ਕਾਫੀ ਜ਼ਿਆਦਾ ਸ਼ਾਨਦਾਰ ਆ ਹੋ ਸਕਦਾ ਜੀ ਇਹ ਕਪੜਾ ਹੁਣ ਪਤਾ ਨਹੀਂ ਕਿਉਂ ਘੱਟ ਮਿਲ ਰਿਹਾ ਸਾਨੂੰ ਬਹੁਤ ਥੋੜੇ ਘੱਟ ਰੰਗ ਨੇ ਜਿਹੜੇ ਇਹਦੇ ਵਿੱਚ ਮਿਲ ਰਹੇ ਨੇ ਸਾਰੇ ਕਲਰ ਸਾਨੂੰ ਨਹੀਂ ਮਿਲ ਰਹੇ ਪਤਾ ਨਹੀਂ ਕੀ ਚੱਕਰ ਹੋ ਗਿਆ ਪਰ ਸਭ ਤੋਂ ਵੈਸਟ ਕੁਆਲਿਟੀ ਸੀ ਇਹ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਪਾਉਣ ਦੇ ਲਈ ਮੈਂ ਪਤਾ ਕਰਦੀ ਹਾਂ ਹੋਰ ਕਿਸੇ ਹੋਲ سیلਰ ਤੋਂ ਜੇ ਸਾਨੂੰ ਮਿਲਣਗੇ ਜਿਵੇਂ ਇਹ ਪਿਸਤਾ ਕਲਰ ਨਹੀਂ ਮਿਲ ਰਿਹਾ ਇਹਦੇ ਵਿੱਚ ਲਵੈਂਡਰ ਸ਼ੇਡ ਨਹੀਂ ਮਿਲ ਰਿਹਾ ਕੁਝ ਕੁ ਕਲਰ ਨੇ ਜਿਹੜੇ ਮਿਲ ਰਹੇ ਨੇ ਕਹਿੰਦੇ ਨੇ ਪਿੱਛੋਂ ਬੰਦ ਹੋ ਗਿਆ ਇਹ ਮਲਬਰੀ ਦਾ ਕਪੜਾ ਜੀ ਬਹੁਤ ਪਿਆਰਾ ਕਪੜਾ ਹੈ ਬਹੁਤ ਪਿਆਰਾ ਫੈਬਰਿਕ ਹੈ ਇਹ ਇਹ ਆਪਾਂ ਕਰਿਆ ਹੋਇਆ ਜੀ ਮਹਿੰਦੀ ਪਿਸਤਾ ਕ੍ਰੇਪ ਤੇ ਉਸ ਵਿੱਚ ਪਿਸਤਾ ਫੈਬਰਿਕ ਹੈ ਇਹ ਠੀਕ ਹੈ ਜੀ ਤੇ ਇਹਦੇ ਨਾਲ ਰੱਖਿਆ ਹੋਇਆ ਜੀ ਸਲਵਾਰ ਤੇ ਵੀ ਕਾਫੀ ਜ਼ਿਆਦਾ ਵਰਕ ਹੈ ਇਹਦੇ ਘੇਰ ਤੇ ਕੰਮ ਨਹੀਂ ਬਾਹਾਂ ਦਾ ਕੰਮ ਤੇ ਸਲਵਾਰ ਦਾ ਕੰਮ ਹੈ ਸਾਰਾ ਮਸ਼ੀਨੀ ਵਰਕ ਹੈ ਜੀ ਤਿੱਕ ਜਿਹੜੀਆਂ ਭੈਣਾਂ ਮੈਨੂੰ ਫੋਟੋਆਂ ਭੇਜਦੇ ਨੇ ਭੈਣ ਤੁਸੀਂ ਇਸ ਗੱਲ ਦਾ ਧਿਆਨ ਰੱਖਿਆ ਕਰੋ ਪਲੀਜ਼ ਕੰਪਿਊਟਰ ਵਾਲੇ ਤੇ ਜਿਹੜੀ ਦੁਕਾਨਾਂ ਵਾਲੇ ਸੂਟ ਨੇ ਉਹ ਨਾ ਸਾਨੂੰ ਭੇਜਿਆ ਕਰੋ ਉਹ ਕੰਪਿਊਟਰ ਵਾਲੀਆਂ ਮਸ਼ੀਨਾਂ ਦਾ ਕੰਮ ਹੁੰਦਾ ਰੈਡੀमेड ਕੰਮ ਹੁੰਦਾ ਸਾਰਾ ਠੀਕ ਹੈ ਅਗਰ ਤੁਸੀਂ ਉਹ ਭੇਜੋਗੇ ਫਿਰ ਉੱਥੇ ਗੜਬੜ ਹੋ ਜਾਣੀ ਹੈ ਕਾਫੀ ਵਾਰ ਰੇਟ ਵੀ ਭੇਜਿਆ ਹੁੰਦਾ ਵੀ ਦੁਕਾਨਦਾਰ ਇੰਨੇ ਤਾਂ ਦੇ ਰਿਆ ਜੀ ਆਪਣੇ ਕੋਲੇ ਉਹ ਮਸ਼ੀਨਾਂ ਦਾ ਆਪਾਂ ਨਹੀਂ ਕੰਮ ਕਰਦੇ ਜਿੰਨਾ ਵੀ ਆਪਣੇ ਕੋਲੇ ਕੰਮ ਹੁੰਦਾ ਹੈ ਫਰੇਮ ਲਾ ਕੇ ਹੱਥ ਵਾਲੀਆਂ ਮਸ਼ੀਨਾਂ ਨਾਲ ਆਪਾਂ ਕੰਮ ਕਰਦੇ ਆ ਕੰਪਿਊਟਰ ਵਾਲੀ ਮਸ਼ੀਨ ਨਾਲ ਆਪਾਂ ਕੰਮ ਨਹੀਂ ਕਰਵਾ ਠੀਕ ਹੈ ਨਹੀਂ ਤੁਸੀਂ ਕੰਪਿਊਟਰ ਵਾਲਾ ਮਿਲ ਜਾਂਦਾ ਸ਼ਹਿਰ ਦੇ ਵਿੱਚ ਲਓ ਜੀ ਤੇ ਨਾਂ ਰੱਖਿਆ ਹੋਇਆ ਜੀ ਇਹਦੇ ਚ ਨੂਨ ਦਾ ਦੁਪੱਟਾ ਚਰੂੰਦੇ ਦੁਪੱਟੇ ਨੂੰ ਆਪਾਂ 골ਡਨ ਕਲਰ ਦੀ ਲੇਸ ਦਿੱਤੀ ਹੋਈ ਹੈ ਠੀਕ ਹੈ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਤਿਆਰ ਕਰਵਾ ਸਕਦੇ ਹੋ ਸਕਰੀਨ ਤੇ ਪ੍ਰਾਈਸ ਸ਼ੋ ਹੋਣਗੇ ਬਿਨਾ ਸਲਾਈ ਤੋਂ ਹੋਣਗੇ ਸਲਾਈ ਇਹਦੇ ਚੈਟ ਨਹੀਂ ਹੋਊਗੀ ਤੇ ਚਲੋ ਠੀਕ ਹੈ ਜੀ ਆਪਾਂ ਅੱਜ ਵਾਲੀ ਵੀਡੀਓ ਵਿੱਚ ਕਈ ਸੂਟ ਦਿਖਾਏ ਨੇ ਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸੂਟ ਰੰਗ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਹੋਣੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ YouTube ਤੋਂ ਦੇਖਦੇ ਹੋ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਫਿਰ ਕੱਲ ਨੂੰ ਨਵੀਆਂ ਸੂਟਾਂ ਦੇ ਨਾਲ ਤੇ ਰੰਗਾਂ ਦੇ ਨਾਲ ਮਿਲਦੇ ਆਂ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ ਹੰਡਾਉਂਦੇ ਰਹੋ ਠੀਕ ਹੈ ਜੀ ਫਿਰ ਨਵੀਂ ਵੀਡੀਓ ਨਾਲ ਮਿਲਦੇ ਆਂ ਤ